ਅੱਜ ਨਹਿਰੂ ਯੁਵਕ ਕੇਂਦਰ ਵੱਲੋਂ ਗੌਰਮੈਂਟ ITI ਫੋਰ ਗਰਲਸ ਦੇ ਵਿੱਚ ਲੋਕ ਕਲਾਵਾਂ ਅਤੇ ਸੱਭਿਆਚਾਰ ਨੂੰ ਜਿਹੜਾ ਪ੍ਰਫੁੱਲਿਤ ਕਰਨ ਦੇ ਲਈ ਇੱਕ ਮੇਲਾ ਜਿਹੜਾ ਆਯੋਜਿਤ ਕੀਤਾ ਗਿਆ। ਇਹਦੇ ਵਿੱਚ ਵੱਖ ਵੱਖ ITIs ਵੱਖ ਵੱਖ ਕਾਲਜਸ ਤੋਂ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਹੈ 15 ਸਾਲ ਤੋਂ ਲੈ ਕੇ 35 ਸਾਲ ਦਾ ਜਿਹੜਾ ਯੂਥ ਹੈ ਉਹਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੇ ਨਾਲ ਆਪਣੇ ਲੋਕ ਕਲਾਵਾਂ ਦੇ ਨਾਲ ਜੋੜਨ ਲਈ ਜਿਹੜਾ ਹੈ ਉਪਰਾਲਾ ਕੀਤਾ ਗਿਆ। ਇਹਦੇ 'ਚ ਵੱਖ ਵੱਖ ਕੰਪੋਨੈਂਟਸ ਹੈ, ਡਿਫਰੈਂਟ ਐਗਜੀਬਿਸ਼ਨ ਵੀ ਲੱਗੀਆਂ ਹੋਈਆਂ ਨੇ, ਜਿਵੇਂ ਲੜਕੀਆਂ ਮਹਿੰਦੀ ਦੀ ਕੰਪੀਟੀਸ਼ਨ ਕਰ ਰਹੀਆਂ ਨੇ, ਗੁੱਤ ਗੁੰਦਣ ਦੀ ਕੰਪੀਟੀਸ਼ਨ ਕਰ ਰਹੀਆਂ, ਫਿਰ ਬੱਚਿਆਂ ਦੇ ਲਈ ਪਾਰਲੀਮੈਂਟ ਵੀ ਇੱਕ ਔਰਗਨਾਈਜ਼ ਕੀਤੀ ਹੋਈ ਹੈ, ਔਰ ਇਸ ਤੋਂ ਬਿਨਾਂ ਹੋਰ ਕਾਫੀ ਜਿਹੜੇ ਕਲਾਵਾਂ ਹੈ, ਲੋਕ ਕਲਾਵਾਂ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਐਗਜੀਬਿਸ਼ਨ ਚਾਲੂ ਕੀਤਾ ਗਿਆ ਹੈ। ਬਹੁਤ ਵਧੀਆ, ਅੱਜ ਸਟੂਡੈਂਟਸ ਦਾ ਬੜਾ ਇਹਦੇ ਵਿੱਚ ਕਾਫੀ ਅੱਛਾ ਯੋਗਦਾਨ ਰਿਹਾ ਹੈ, ਕਿਉਂਕਿ ਬੱਚਿਆਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ। ਜੋ ਪਾਣੀ ਦਾ ਜਿਹੜਾ ਅਦਬ ਹੈ ਉਹ ਬਰਕਰਾਰ ਰਹਿ ਸਕੇ। ਅੱਜ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਕਰਵਾਇਆ ਜਾ ਰਿਹਾ, ਜਿਸ 'ਚ ਲੋਕ ਕਲਾਵਾਂ, ਲੋਕ ਕਲਾ, ਲੋਕ ਨਾਚ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨੂੰ ਜੋੜਨ ਦਾ ਬਹੁਤ ਵੱਡਾ ਉਪਰਾਲਾ ਹੈ। ਗੌਰਮੈਂਟ ITI ਕੁੜੀਆਂ ਦੇ ਜਿਹੜੀ ਹੈਗੀ ਚੁਗਿਰਦੇ ਦੇ ਵਿੱਚ ਇਹ ਮੁਕਾਬਲੇ ਜਿਹੜੇ ਨੇ ਕਰਵਾਏ ਜਾ ਰਹੇ ਨੇ, ਅਤੇ ਜਿਸ ਦਾ ਉਦਘਾਟਨ ਮਾਨਯੋਗ ਵਧੇਕ ਡਿਪਟੀ ਕਮਿਸ਼ਨਰ ਜੀ ਨੇ ਕੀਤਾ। ਸਾਡਾ ਮਕਸਦ ਹੈ ਕਿ ਨੌਜਵਾਨੀ ਨੂੰ ਆਪਣੇ ਸੱਭਿਆਚਾਰ ਨਾਲ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਨਾਲ ਹੀ ਅਸੀਂ ਜਿਹੜੀ ਇੱਥੇ ਪ੍ਰਦਰਸ਼ਨੀ ਲਗਾਈ ਹੈ ਲੋਕ ਕਲਾਵਾਂ ਦੀ, ਨਾਲ ਹੀ ਲੋਕ ਕਲਾਵਾਂ ਜਿਵੇਂ ਪੱਖੀ ਬੁਣਨਾ, ਫੁਲਕਾਰੀ ਕੱਢਣਾ, ਰੁਮਾਲ ਕੱਢਣਾ, ਗੁੱਤ ਗੁੰਦਣਾ, ਮਹਿੰਦੀ ਕੰਪੀਟੀਸ਼ਨ, ਪੰਜਾਬੀ ਸੁਲੇਖ ਮੁਕਾਬਲਾ, ਤਾਂ ਕਿ ਬੱਚੇ ਸਾਡੀ ਜਿਹੜੀ ਪੰਜਾਬੀ ਤੋਂ ਦੂਰ ਹੋ ਚੁੱਕੇ ਨੇ ਉਹ ਪੰਜਾਬੀ ਲਿਖਣੀ ਨਾ ਭੁੱਲ ਜਾਣ, ਇਸ ਚੀਜ਼ ਨੂੰ ਅਸੀਂ ਪ੍ਰਫੁੱਲਿਤ ਕਰਨ ਦਾ ਯਤਨ। ਜ਼ਿਲ੍ਹੇ ਦੇ ਸਮੁੱਚੇ ਕਾਲਜ, ਕਲੱਬ, ITIਆਂ, ਪੋਲੀਟੈਕਨਿਕ ਕਾਲਜ ਜਿਹੜੇ ਨੇ ਉਹ ਸ਼ਾਮਿਲ ਨੇ। ਸਾਡੇ ਕੋਲ ਇਸ ਟਾਈਮ 'ਤੇ ਜਿਹੜੀ ਹੈ ਰਜਿਸਟ੍ਰੇਸ਼ਨ ਉਹ 32 ਕਲੱਬਾਂ ਅਤੇ ਕਾਲਜਾਂ ਦੀ ਹੋ ਚੁੱਕੀ।